ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਸਾਂਝੀ ਆਵਾਜ਼ ਨਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੰਮ੍ਰਿਤਸਰ ਦੇ ਨੇੜੇ ਪਿੰਡ ਭਕਨਾ ਕਲਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਜਗਰੂਪ ਸਿੰਘ ਰੂਪਾ ਅਤੇ ਮਨੂ ਖੋਸਾ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ ਗਿਆ ਹੈ ਉਹਨਾਂ ਦੇ ਨਾਲ ਦੋ ਹੋਰ ਸਾਥੀ ਸਨ ਜਿਨ੍ਹਾਂ ਦਾ ਕਿ ਨਾਮ ਅਜੇ ਪਤਾ ਨਹੀਂ ਚੱਲ ਸਕਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਸਿੱਧੂ ਮੂਸੇਵਾਲੇ ਦੀ ਸਮਾਧ ਤੇ ਸਿੱਧੂ ਦਾ ਬੁੱਤ ਲਗਾਇਆ ਗਿਆ ਸੀ ਤਾਂ ਉਸ ਦੇ ਪਿਤਾ ਨੇ ਕਿਹਾ ਸੀ ਕਿ ਜਿਹੜਾ ਹੁਣ ਸਾਡਾ ਇਨਸਾਫ ਹੈ ਉਹ ਸਿਰਫ ਸ਼ੂਟਰਾਂ ਨੂੰ ਮਾਰਨਾ ਜਾਂ ਅਰੈਸਟ ਕਰਨਾ ਨਹੀਂ ਜਦੋਂ ਤੱਕ ਇਹਨਾਂ ਦੇ ਉੱਪਰ ਬੈਠੇ ਦੇਸ਼ਾਂ ਵਿਦੇਸ਼ਾਂ ਦੇ ਵੱਡੇ ਗੈਂਗਸਟਰਾਂ ਦਾ ਕੋਈ ਹੱਲ ਨਹੀਂ ਕਰਦੀਆਂ ਸਰਕਾਰਾਂ ਉਦੋਂ ਤੱਕ ਅਸੀਂ ਇਨਸਾਫ ਨੂੰ ਅਧੂਰਾ ਹੀ ਮੰਨਾਂਗੇ ਉਹਨਾਂ ਕਿਹਾ ਕਿ ਮੇਰਾ ਪੁੱਤ ਸਿੱਧੂ ਬਿਲਕੁਲ ਹੀ ਬੇਦੋਸ਼ਾ ਅਤੇ ਕੋਰਾ ਕਾਗਜ਼ ਸੀ ਜਿਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਭਾਵੁਕ ਮਨ ਨਾਲ ਉਹਨਾਂ ਨੇ ਕਿਹਾ ਕਿ ਇੰਨੀ ਕੁ ਆਜ਼ਾਦੀ ਤਾਂ ਹਰੇਕ ਨੂੰ ਹੋਣੀ ਚਾਹੀਦੀ ਹੈ ਕਿ ਬੰਦਾ ਆਪਣੇ ਘਰ ਤੋਂ ਬਾਹਰ ਜਾ ਸਕੇ ਅਤੇ ਆਪਣੇ ਸਾਰੇ ਕੰਮ ਕਰ ਸਕਦਾ ਹੋਵੇ ਮੈਂ ਸਰਕਾਰ ਨੂੰ ਇੱਕ ਅਪੀਲ ਕਰਦਾ ਹਾਂ ਕਿ ਮੇਰੇ ਪੁੱਤ ਦੇ ਕਾਤਲਾਂ ਨੂੰ ਕਿਉਂ ਇੰਨੀ ਸਿਕਿਉਰਿਟੀ ਦਿੱਤੀ ਹੋਈ ਹੈ ਮੈਂ ਚਾਹੁੰਦਾ ਹਾਂ ਕਿ ਉਹ ਵੀ ਪੇਸ਼ੀ ਤੇ ਇਕੱਲੇ ਆਉਣ ਤੇ ਅਸੀਂ ਵੀ ਉਹਨਾਂ ਨੂੰ ਟੱਕਰ ਕੇ ਦੇਖ ਲਈਏ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜੋ ਮੇਰੇ ਘਰ ਨਾਲ ਹੋਈ ਹੈ ਉਹ ਹੋਰ ਕਿਸੇ ਦੇ ਘਰ ਨਾਲ ਨਾ ਹੋਵੇ ਕਿਸੇ ਦਾ ਜਵਾਨ ਪੁੱਤ ਨਾ ਖੋਇਆ ਜਾਵੇ ਸਾਡਾ ਇਨਸਾਫ ਤਾਂ ਉਦੋਂ ਤੱਕ ਅਸੀਂ ਅਧੂਰਾ ਮੰਨਾਂਗੇ ਜਦੋਂ ਤੱਕ ਬਾਹਰ ਬੈਠੇ ਵੱਡੇ ਗੈਂਗਸਟਰਾਂ ਦਾ ਸਰਕਾਰਾਂ ਕੋਈ ਹੱਲ ਨਹੀਂ ਕਰਦੀਆਂ ਸੋ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਇੱਕ ਨਵੇਂ ਅਪਡੇਟ ਦੇ ਨਾਲ।